ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਐਤਵਾਰ ਦੇ ਵਿਸ਼ੇਸ਼ ਦਵਾਨਾਂ ਦੀ ਹਾਜ਼ਰੀ ਭਰ ਰਹੇ ਲੈਸਟਰ ਸ਼ਾਇਰ ਦੀ ਸਮੁੱਚੀ ਸੰਗਤ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਟ ਰਸਨਾ ਦਾ ਫਰਮਾਨ ਹੈ ਕਹਿੰਦੇ ਇੱਕ ਮਨਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨਲੇ ਰਿਧੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਅੱਜ ਤੋਂ 550 ਸਾਲ ਪਹਿਲਾਂ ਸਿੱਖ ਧਰਮ ਦੀ ਹੋਂਦ ਸਿੱਖ ਧਰਮ ਦੇ ਬਾਣੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਹੋਈ ਉਸ ਤੋਂ ਪਹਿਲਾਂ ਜੋ ਪੰਜਾਬ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਕੂੜ ਦਾ ਕਲਯੁਗ ਦਾ ਪਹਿਰਾ ਰਾਜੇ ਸ਼ੀ ਮੁਕੱਦਮ ਕੁੱਤੇ ਦਾ ਜੋ ਪਸਾਰਾ ਪਸਰਿਆ ਹੋਇਆ ਸੀ ਉਸ ਨੂੰ ਸਹੀ ਰਸਤੇ ਪਾਉਣ ਦੇ ਲਈ ਮਾਤਕ ਤ੍ਰਿਪਤਾ ਜੀ ਦੇ ਘਰ ਪਿਤਾ ਕਾਲੂ ਜੀ ਦੇ ਘਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਅਸੀਂ ਖੁਸ਼ਕਿਸਮਤ ਲੋਕ ਹਾਂ ਜੋ ਨਾਨਕ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਜਿਨ੍ਹਾਂ ਨੂੰ ਕੋਈ 300 ਸਾਲ ਦੇ ਲਾਗੇ ਸਮਾਂ ਲੱਗਿਆ ਦਸਾਂ ਪਾਤਸ਼ਾਹੀਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਉਹਨਾਂ ਦੇ ਸਿੱਖ ਹਾਂ ਅਸੀਂ ਖੁਸ਼ਕਿਸਮਤ ਹਾਂ ਅਸੀਂ ਗੁਰੂ ਨਾਨਕ ਜੀ ਦੇ ਬੱਚੇ ਹਾਂ ਇਸੇ ਹੀ ਮਿਸ਼ਨ ਨੂੰ ਇਸੇ ਹੀ ਵਿਚਾਰਧਾਰਾ ਨੂੰ ਅੱਗੇ ਤੋਰਨ ਦੇ ਲਈ ਸਮੇਂ-ਸਮੇਂ ਤੇ ਸਿੱਖ ਯਤਨ ਕਰਦੇ ਆਏ ਭਾਵੇਂ ਉਹਨਾਂ ਦੀਆਂ ਖੋਪਰੀਆਂ ਲੱਥੀਆਂ ਭਾਵੇਂ ਉਹਨਾਂ ਨੇ ਬੰਦ-ਬੰਦ ਕਟਾਏ ਤੇ ਨਾਲ ਦੀ ਨਾਲ ਕਿਤੇ ਦੁਸ਼ਮਣ ਨੂੰ ਵੀ ਪਾਣੀ ਪਲਾਉਣ ਵਾਲੇ ਭਾਈ ਕਨਈਏ ਦੇ ਵਾਰਿਸ ਵੀ ਨਾਲ-ਨਾਲ ਤੁਰਦੇ ਆਏ ਮੈਂ ਬਹੁਤਾ ਸਮਾਂ ਨਹੀਂ ਲੈਣਾ ਮੇਰੇ ਤੋਂ ਬਾਅਦ ਪਹੂੜੰਡ ਵਾਲੇ ਭਾਈ ਬਚਿੱਤਰ ਸਿੰਘ ਜੀ ਕਥਾਵਾਚਕ ਆਪ ਜੀ ਨੂੰ ਕਥਾ ਸਰਵਣ ਕਰਵਾਉਣਗੇ ਮੇਰੇ ਕਹਿਣ ਤੋਂ ਭਾਵ ਸਾਡੇ ਵਿਚਕਾਰ ਭਾਈ ਰਵੀ ਸਿੰਘ ਜੀ ਜੋ ਖਾਲਸਾ ਏਡ ਜਿਨ੍ਹਾਂ ਨੇ ਸਿੱਖ ਕੌਮ ਦਾ ਨਾਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰੌਸ਼ਨ ਕੀਤਾ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ ਸਿੱਖ ਕੌਮ ਦੇ ਵਿੱਚ ਜਿੱਥੇ ਗਦਾਰੀਆਂ ਜਿੱਥੇ ਭਰਾ ਮਾਰੂ جنگ ਜਿੱਥੇ ਆਪਸ ਵਿੱਚ ਅਸੀਂ ਲੜ ਕੇ ਪੱਗੋ ਲੱਥੀ ਉਹਨਾਂ ਦੀਆਂ ਵੀਡੀਓਜ਼ ਦੂਸਰੀ ਕਮਿਊਨਿਟੀ ਸਾਨੂੰ ਦਿਖਾ ਲਦੀ ਹੈ ਸਾਨੂੰ ਮਾਣ ਹੋਣਾ ਚਾਹੀਦਾ ਭਾਈ ਰਵੀ ਸਿੰਘ ਹੁਣੀ ਆਪਣੇ ਧਰਮ ਤੋਂ ਉੱਤੇ ਉੱਠ ਕੇ ਇੱਕ ਮਨੁੱਖਤਾ ਦੇ ਭਲੇ ਦੇ ਲਈ ਸਮੁੱਚੇ ਸੰਸਾਰ ਦੇ ਵਿੱਚ ਸੇਵਾ ਕਰਦੇ ਆ ਰਹੇ ਹਨ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਪਿਆਰ ਸਤਕਾਰ ਅਤੇ ਵਿਸ਼ਵਾਸ ਸਦਕਾ ਤੁਸੀਂ ਸਾਨੂੰ ਗੁਰੂ ਘਰ ਦੇ ਪ੍ਰਬੰਧਕ ਚੁਣਿਆ ਮੈਨੀਫੈਸਟੋ ਦੇ 20 ਪੁਆਇੰਟ ਸਨ ਅਸੀਂ ਤਕਰੀਬਨ 13 ਕੇ 14 ਦੇ ਲਾਗੇ ਕਰ ਲਏ ਨੇ ਇਸ ਉੱਤੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਏਜੀਐਮ ਰੱਖੀ ਗਈ ਹੈ ਐਨੂਅਲ ਜਨਰਲ ਮੀਟਿੰਗ ਤੁਸੀਂ ਜਰੂਰ ਸਾਰੇ ਉਸ ਦੇ ਵਿੱਚ ਜੋ ਮੈਂਬਰ ਹਨ ਉਹ ਪਹੁੰਚਿਓ 2 ਵਜੇ ਸ਼ੁਰੂ ਹੋਣੀ ਹੈ 5 ਵਜੇ ਸਮਾਪਤ ਹੋਣੀ ਹੈ। ਉਹਨਾਂ ਦੇ ਵਿੱਚ ਜੋ ਕਾਰਜ ਹੋਗਾ ਉਹ ਦਰਸਾਏ ਜਾਣਗੇ ਜੋ ਰਹਿੰਦੇ ਨੇ ਉਹਨਾਂ ਦੇ ਬਾਰੇ ਦੱਸਿਆ ਜਾਵੇਗਾ। ਸਾਰੀ ਸੰਗਤ ਦਾ ਜਿਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਤੋਂ ਲੈ ਕੇ ਅੱਜ ਅਰਦਾਸ ਸਮੇਂ ਤੱਕ ਜੋ ਨਿਸ਼ਕਾਮ ਸੇਵਕ ਇੱਥੇ ਬਾਰ-ਬਾਰ ਅਰਦਾਸ ਵਿੱਚ ਵੀ ਆਇਆ ਤਾਂ ਕਿ ਤੀਰ ਗਰੁੱਪ ਵੱਲੋਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਬਹੁਤ ਸਾਰੀ ਸੰਗਤ ਜਿਹੜੀ ਇਹਨਾਂ ਗਰੁੱਪ ਬਾਜੀ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਕਿਸੇ ਰਾਜਨੀਤਿਕ ਜਾਂ ਧਾਰਮਿਕ ਕੰਮਾਂ ਨਾਲ ਨਹੀਂ ਉਹ ਸਿਰਫ ਤੇ ਸਿਰਫ ਗੁਰੂ ਘਰ ਵਿਖੇ ਨਿਸ਼ਕਾਮ ਸੇਵਕ ਸੇਵਾ ਕਰਨ ਆਉਂਦੇ ਨੇ ਜੋ ਸਵੇਰੇ 4 ਵਜੇ ਤੋਂ ਲੱਗ ਕੇ ਸ਼ਾਮ ਵਜੇ ਤੱਕ 10 ਵਜੇ ਤੱਕ ਇੱਕ ਬੀਬੀ ਆਉਂਦੀ ਹੈ ਉਹ ਕਿਸੇ ਤੋਂ ਲਿਫਟ ਵੀ ਨਹੀਂ ਲੈਂਦੀ ਥੱਲੇ ਭਾਂਡਿਆਂ ਦੀ ਸੇਵਾ ਕਰਦੀ ਹੈ 10 ਵਜੇ ਤੱਕ ਉਹ ਸੇਵਾਵਾਂ ਕਰਦੇ ਨੇ ਇਹ ਜੇ ਆਪਾਂ ਕਹੀਏ ਕਿ ਗੁਰੂ ਘਰ ਗਰੁੱਪਾਂ ਨਾਲ ਚੱਲਦੇ ਨੇ ਇਹ ਸਾਡੇ ਮਨ ਦਾ ਵਹਿਮ ਆ ਇਹ ਗੁਰੂ ਘਰ ਉਹਨਾਂ ਨਿਸ਼ਕਾਮ ਸੇਵਕਾਂ ਦੇ ਸਿਰ ਤੇ ਚੱਲਦੇ ਨੇ ਠੀਕ ਹੈ ਇਲੈਕਸ਼ਨਾਂ ਆਉਂਦੀਆਂ ਨੇ ਜਾਂਦੀਆਂ ਨੇ ਇੱਕ ਦੂਜੇ ਦੇ ਦੂਸ਼ਣ ਬਾਜ਼ੀ ਤੇ ਤਕਰਾਰ ਬਾਜ਼ੀ ਵੀ ਹੁੰਦੀ ਹੈ ਪਰ ਫਿਰ ਵੀ ਜੋ ਅਸੀਂ ਸਮਝਦੇ ਹਾਂ ਗੁਰੂ ਘਰ ਦੇ ਵਿਖੇ ਜੋ ਨਿਸ਼ਕਾਮ ਸੇਵਕ ਨੇ ਉਹਨਾਂ ਦੇ ਸਿਰਾਂ ਤੇ ਇਹ ਗੁਰੂ ਘਰਾਂ ਦੇ ਵਿੱਚ ਰੌਣਕਾਂ ਤੇ ਗੁਰੂ ਘਰਾਂ ਵਿੱਚ ਸੇਵਾਵਾਂ ਚੱਲਦੀਆਂ ਸਮੁੱਚੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਪਿਆਰ ਸਤਿਕਾਰ ਦਿੱਤਾ ਔਰ ਇੱਕ ਸਮਾਂ ਇੱਕ ਸਾਲ ਦਾ ਸਮਾਂ ਬਾਕੀ ਹੈ ਤੁਸੀਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਜੋ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਹੋਰ ਚੰਗੀਆਂ ਸੇਵਾਵਾਂ ਕਰ ਸਕੀਏ ਉਦਮ ਉਤਸ਼ਾਹ ਦੀ ਅਰਦਾਸ ਕਰਨੀ ਸੱਚੇ ਪਾਤਸ਼ਾਹ ਜੀ ਕੋਈ ਗਲਤੀ ਨਾ ਕਰਾਉਣ ਜੋ ਵੀ ਗਲਤੀ ਹੋਵੇਗੀ ਉਹ ਸਾਡੀ ਹੋਵੇਗੀ ਜੋ ਕੁਝ ਕੰਮ ਹੋ ਗਏ ਨੇ ਉਹ ਸਭ ਸੰਗਤਾਂ ਤੁਹਾਡੇ ਨਾਲ ਰਲ ਕੇ ਹੋਏ ਨੇ ਸੋ ਮੈਂ ਬੇਨਤੀ ਕਰਾਂ ਭਾਈ ਰਵੀ ਸਿੰਘ ਜੀ ਹੁਣਾਂ ਨੂੰ ਕਥਾ ਤੋਂ ਪਹਿਲਾਂ 5 ਮਿੰਟ ਵਾਸਤੇ ਉਹ ਸਟੇਜ ਤੇ ਆਉਣ ਸਰਦਾਰ ਰਵੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਾਈਮ ਕੱਟਿਆ ਸੋ ਜਿੰਨਾ ਟਾਈਮ ਹੈਗਾ ਉਹਨੇ ਤਾਂ ਤੁਸੀਂ ਦੱਸਦੇ ਸਾਡੇ ਪ੍ਰੋਜੈਕਟ ਕੀ ਚੱਲ ਰਿਹਾ ਦੁਨੀਆ ਵਿੱਚ ਤੇ ਪੰਜਾਬ ਦੇ ਵਿੱਚ ਪਹਿਲਾਂ ਅਸੀਂ ਧੰਨਵਾਦੀਆਂ ਸੰਗਤ ਦੇ ਭਈ 20 ਸਾਲ ਸਾਡਾ ਤੁਸੀਂ ਸਾਥ ਦਿੱਤਾ 20 ਸਾਲ ਸਾਡੀ ਬਾਹ ਫੜੀ ਆ ਜਿੰਨੀਆਂ ਵੀ ਸਾਡੇ ਉੱਪਰ ਹਮਲੇ ਹੋਏ ਆ ਈਰਖਾਂ ਵਿੱਚੋਂ ਜਾਂ ਕਿ ਹੋਰ ਕਮੀਆਂ ਵਿੱਚੋਂ ਅਸੀਂ ਕਿਹਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜੇ ਨਹੀਂਗੇ ਨਾ ਕਿਸੇ ਜਥੇਬੰਦੀ ਨਾਲ ਤਾਂ ਨਾ ਅਸੀਂ ਕਿਸ ਨੂੰ ਮਾੜਾ ਕਹਿੰਦੇ ਜਥੇਬੰਦੀ ਨਾਲ ਪੋਲੀਟੀਕਲ ਪਾਰਟੀ ਨੂੰ ਪ੍ਰਸੰਗਤ ਨਾਲ ਜੁੜੇ ਅਸੀਂ ਤੇ ਗੁਰੂ ਨਾਲ ਜੁੜੇ ਸੋ ਇਹਦੇ 20 ਸਾਲ ਦੇ ਵਿੱਚ ਕਾਫੀ ਸੋਣੀਆਂ ਪਈਆਂ ਇਸ ਵੇਲੇ ਵੀ ਜਦੋਂ ਕੋਈ ਮੋਹਰੇ ਹੁੰਦਾ ਤੁਹਾਨੂੰ ਪਤਾ ਸੋਣੀਆਂ ਪੈਂਦੀਆਂ ਪਰ ਅਸੀਂ ਕਿਸੇ ਚੀਜ਼ ਤੋਂ ਲੋਕਦੇ ਨਹੀਂ ਗਏ ਨਾ ਆਪਣੇ ਖਿਆਲਾਂ ਤੋਂ ਤੇ ਨਾ ਕੋਈ ਪੋਸ਼ਗਿਸ ਤੋਂ ਜੇ ਕੋਈ ਕੋਈ ਵੀ ਸੰਗਤ ਜਿਹੜਾ ਸ਼ੱਕ ਹੈਗੀ ਸੰਗਤ ਦੇ ਵਿੱਚ ਕਿਸੇ ਨੂੰ ਸਾਡੇ ਆਫਿਸ ਦੇ ਅਪੁਆਇੰਟ ਬਣਾ ਕੇ ਜਰੂਰ ਆਓ ਸਾਹਨ ਬੈਠੋ ਤੇ ਤੁਹਾਨੂੰ ਅਸੀਂ ਜੋ ਵੀ ਕਾਰਵਾਈ ਚਾਹੀਦੀ ਆ ਜੋ ਵੀ ਕੋਈ ਸਾਡੇ ਉਪਰ ਕੁਐਸ਼ਨ ਸਵਾਲ ਹੋਗੇ ਅਸੀਂ ਤੁਹਾਨੂੰ ਜਵਾਬ ਦੇਵਾਂਗੇ ਪਰ ਪੰਜਾਬ ਦੇ ਵਿੱਚ ਜਿਹੜੇ ਹੜ ਆਏ ਆ ਇਹਦੇ ਵਿੱਚ ਪਹਿਲੇ 2 ਘੰਟੇ ਵਿੱਚ ਸਾਡੀ ਟੀਮ ਪਹੁੰਚ ਗਈ ਪਟਿਆਲੇ ਤੋਂ ਜਲੰਧਰ ਤੋਂ ਸਾਰੇ ਪੰਜਾਬ ਤੋਂ ਸਾਡੇ ਪੰਜਾਬ ਦੇ ਵਿੱਚ ਅਨੁਮਾਨ ਖਾਤ 20 ਕੁ ਹਜ਼ਾਰ ਰਜਿਸਟਰਡ ਵੋਲੰਟੀਅਰ ਰਜਿਸਟਰਡ ਮੇਰੇ ਖਿਆਲ ਲੱਖਾਂ ਤੋਂ ਹੋਊਗੇ ਜਿਹੜੇ ਰਜਿਸਟਰਡ ਵੋਲੰਟੀਅਰ ਇੰਨਾ ਪਿਆਰ ਆ ਪੰਜਾਬ 'ਚ ਉਹਨਾਂ ਨੂੰ ਬੋਟ ਜਿਹੜੇ ਮਿਲਦੇ ਸੀ 3-4 ਬੋਟ ਖਰੀਦ ਲੈ ਨਾ ਇਹ 24 ਘੰਟੇ ਵਿੱਚ ਸਾਡੇ 700 ਸੇਵਾਦਾਰ ਮੋਰਿਆਂ ਕੇ ਸੇਵਾ ਕਰਦੇ ਸੀਗੇ 700 ਤੇ ਉਹਦੇ ਵਿੱਚੋਂ ਵਿੱਚੋਂ ਤੁਹਾਨੂੰ ਪਤਾ ਪਾਣੀ ਕਿੰਨਾ ਆਇਆ ਕੋਠਿਆਂ ਤੇ ਫਸੇ ਪਏ ਲੋਕ ਖਾਣਾ ਪਹਚਾਇਆ ਲੰਗਰ ਲੈ ਕੇ ਗਏ ਰੈਸਕਿਊ ਕੀਤਾ ਪਰ ਫੇ ਦਿਨੋਂ ਦਿਨ ਤੇ ਸਾਡਾ ਜਿਹੜਾ ਐਕਸਪੀਰੀਅੰਸ ਆ 20 ਸਾਲ ਦਾ ਦੁਨੀਆ ਵਿੱਚ ਖਾਲਸਾ ਹੈ ਬਸ ਤੁਹਾਨੂੰ ਪਤਾ ਇਨਸਾਨ ਇਨਸਾਨੀਅਤ ਦੇ ਤੌਰ ਤੇ ਸੇਵਾ ਕਰਦੀ ਅਸੀਂ ਕੋਈ ਹੋਰ ਇਸ਼ੂ ਨਹੀਂ ਲੈਂਦੇ ਇਹ ਸਾਡਾ ਬਹੁਤ ਐਕਸਪੀਰੀਅੰਸ ਹੈ ਟੀਮ ਦਾ ਉਨੀ ਫੇ ਹੋਈ ਹੋਈ ਦੇਖ ਐਸਸਮੈਂਟ ਕਰਨ ਲੱਪੇ ਸਾਡੀਆਂ ਦੋ ਤਿੰਨ ਟੀਮਾਂ ਵੱਡੀਆਂ ਐਸਸਮੈਂਟ ਲੱਗ ਰਹੀਆਂ ਉਹਦੇ ਮੋਰੇ ਸਾਰੇ ਹੋਏ ਭਾਈ ਅਮਰਪ੍ਰੀਤ ਸਿੰਘ ਹੁਣੀ ਜਿਹੜੇ ਸਾਡੇ ਏਜ ਡਾਇਰੈਕਟਰ ਆ ਮੋਈ ਨਿਕਾ ਬੇਬੀ ਹੋਇਆ ਪਰ ਉਹ ਘਰ ਵੀ ਨਹੀਂ ਗਾਇ ਦੋ ਤਿੰਨ ਹਫ਼ਤੇ ਬਾਹਰ ਹੀ ਰਾਇ ਬਿਮਾਰ ਵੀ ਹੋ ਗਾਇ ਫੇਰ ਐਸਸਮੈਂਟ ਕਰਦੇ ਕਰਦੇ ਦੇਖਿਆ ਭਈ ਇੱਕਦਮ ਜਿਹੜੇ ਬਈ ਬਹੁਤ ਹੀ ਗਰੀਬ ਆ ਕਿੱਦਾਂ ਚੱਕ ਸਕਨੇ ਪਰਿਵਾਰਾਂ ਨੂੰ 50 ਪਰਿਵਾਰਾਂ ਨੂੰ ਉਸ ਵੇਲੇ ਹਫ਼ਤੇ ਵਿੱਚ ਦੋ ਹਫ਼ਤੇ ਵਿੱਚ ਮੱਝਾਂ ਲਿਆਤੀਆਂ ਪਈ ਉਹ ਦੁੱਧ ਵੇਚ ਕੇ ਆਪਣਾ ਆਮ ਦਿਨ ਉਹ ਵੀ ਤਾਂ ਪੈਰ ਖੜੇ ਹੋ ਸਕਦੇ ਆ ਫੇ ਅਸੈਸਮੈਂਟਾਂ ਹੋਰ ਹੋ ਗਈਆਂ ਜਿੱਥੇ ਪਾਣੀ ਨਿਕਲ ਜਾਂਦਾ ਸੀ ਤੇ ਫੇ ਇੱਕ ਹਫਤਾ ਕਿਸਾਨਾਂ ਨਾਲ ਮੀਟਿੰਗ ਚੱਲੀ ਇੰਨੇ ਕੱਲੇ ਕੱਲੇ ਕਿਸਾਨਾਂ ਤੁਹਾਨੂੰ ਪਤਾ ਜਿਹੜੇ ਪੰਜਾਬ ਤੋਂ ਆਏ ਆ ਉਥੇ ਕੋਆਪਰੇਟਿਵ ਸੈਟਅਪ ਹੋਇਆ ਜਿਹੜੇ ਕੋਆਪਰੇਟਿਵ ਕਹਿੰਦੇ ਕੋਆਪ ਭਈ ਕਈ ਪਿੰਡ ਦੇ ਪੰਜ ਛੇ ਪਿੰਡ ਕੱਲੇ ਕੱਲੇ ਗਰੁੱਪ ਥੱਲੇ ਹੁੰਦੇ ਆ ਉਹਨਾਂ ਦੀਆਂ ਮੀਟਿੰਗਾਂ ਹੋਈਆਂ ਭਈ ਦੱਸੋ ਅਸੀਂ ਕੀ ਕਰ ਸਕਦੇ ਆ ਤੇ ਕੱਲ ਮੀਟਿੰਗਾਂ ਵਿੱਚੋਂ ਹਫਤੇ ਬਾਅਦ ਦੋ ਕੋਆਪਟਿਵ ਨੂੰ ਇੱਕ ਕੋਆਪਟਿਵ 5 ਪਿੰਡ ਆ 10 ਪਿੰਡ ਆ ਉਹਨਾਂ ਨੂੰ ਦੋ ਟਰੈਕਟਰ ਲਾ ਕੇ ਦਿੱਤੇ ਇਹ ਤੁਸੀਂ ਸ਼ੇਅਰ ਕਰਨੇ ਆ ਜਿੱਥੇ ਵੀ ਲੋਰ ਵੱਡੇ ਵੱਡੇ ਜਿਹੜੇ ਹੌਲੰਦੇ ਟਰੈਕਟਰ ਆ 6500 ਜਾਂ ਪਾਟਰ ਟਰੈਕਟਰਾਂ ਬਾਰੇ ਬਹੁਤ ਪਾਵਰਫੁਲ ਟਰੈਕਟਰ ਹੁਣ 12 15 ਹੋਰ ਕੋਪਸ ਕੋਪ ਜਿਹੜੇ ਗਰੁੱਪ ਸਿਆ ਉਹਨੂੰ ਵੀ ਅਸੀਂ ਪ੍ਰੋਮਿਸ ਕੀਤਾ ਆ ਵੀ ਤੁਹਾਨੂੰ ਅਸੀਂ ਇੱਕ ਟਰੈਕਟਰ ਲੈ ਕੇ ਦੇਵਾਂਗੇ ਸਾਰਿਆਂ ਨੂੰ ਵੀ ਤੁਸੀਂ ਆਪਣਾ ਕੰਮ ਚੱਕੋ ਉਹਨਾਂ ਨਾਲ ਤੋਂ ਹੋਰ ਵੀ ਸਹਾਇਤਾ ਮੰਗੀ ਆ ਉਹਦੀ ਸਾਡੀ ਫੁੱਲ ਕਾਰਵਾਈ ਹੋ ਰਹੀ ਆ ਕਿਉਂਕਿ ਅਸੀਂ ਹਰ ਵਾਰੀ ਸੋਚ ਸਮਝ ਕੇ ਪੈਰ ਚੱਕਦੇ ਆਂ ਇਹ ਨਹੀਂ ਭਈ ਜਾ ਕੇ ਇੱਕਦਮ ਜਾ ਕੇ ਭਈ ਫੋਟੋ ਖਿੱਚ ਕੇ ਅਸੀਂ ਆਹ ਕਰਨਾ ਆਹ ਕਰਨਾ ਆਹ ਕਰਨਾ ਉਹ ਤਾਂ 100 ਵਾਰੀ ਕਹਿ ਸਕਦੇ ਅਸੀਂ ਜੋ ਕਰਦੇ ਆਂ ਕਰਕੇ ਦਿਖਾ ਲ ਕੇ ਫੇਕ ਇੰਨੇ ਆ ਵੀ ਅਸੀਂ ਆਹ ਕਰਤਾ ਹੁਣ ਤੁਹਾਡੇ ਵੱਲੋਂ ਦੁਨੀਆ ਚੋਂ ਸੰਗਤ ਵੱਲੋਂ ਇੰਗਲੈਂਡ ਆਸਟ੍ਰੇਲੀਆ ਅਮਰੀਕਾ ਕੈਨੇਡਾ ਯੂਰਪ ਤੋਂ ਅਰਾਊਂਡ ਬਾਇਰ ਕਰ ਲ 1.4 ਮਿਲੀਅਨ ਪਾਉਂਡ ਘੱਟ ਤੋਂ ਘੱਟ ਜੇ ਤਾਂ ਹੋ ਵੀ ਹੋਗਾ ਘੱਟ ਤੋਂ ਘੱਟ 1.4 ਮਿਲੀਅਨ ਪਾਉਂਡ ਇਕੱਠਾ ਹੋਇਆ ਆ ਉਹਦਾ ਜਿਹੜਾ ਅਸੀਂ ਖਰਚਾ ਕਰਨਾ ਅਗਲੇ 12 ਮਹੀਨੇ ਤੱਕ ਕਿੱਦਾਂ ਕਰਨਾ ਕਿੱਦਾਂ ਸਮਝ ਕੇ ਉਹ ਸਾਡੀ ਕਾਫੀ ਵਿਚਾਰ ਹੋ ਰਹਾ ਹੈ ਇਹਨੇ ਪਈ ਹੁਣ ਪੈਸੇ ਇਕੱਠੇ ਹੋ ਗਏ ਆ ਇੱਕਦਮ ਸਿੱਟ ਲਈਏ ਤੇ ਦੂਜੀ ਗੱਲ ਇੱਚ ਆਉਂਦੀ ਆ ਅਸੀਂ ਲੁਕੋਇ ਨਹੀਂ ਕੀਤਾ ਅਸੀਂ ਕਿਹਾ ਨਹੀਂ ਅਸੀਂ ਪਹਿਲੇ ਦਿਨੋਂ ਕਿਹਾ ਜਦੋਂ ਹੜਾ ਇੱਕਦਾਂ ਹੀ ਕਹਿਤਾ ਭਈ 1.5 ਲੱਖ ਪੌਂਡ ਖਾਸ ਵੜਾ ਹੋਊਗਾ ਹੜਾਂ ਲਈ ਜੇ ਸੰਗਤ ਵੱਲੋਂ ਆਇਆ ਕੋਈ ਸਨੇਹਾ ਉਹ ਵੀ ਠੀਕ ਆ ਪਰ ਸੰਗਤ ਨੇ ਦੇਖੋ ਕਿੰਨੇ ਦਿਯਾਲੂ ਸੰਗਤ ਆ ਸੋ ਅਸੀਂ ਤੁਹਾਨੂੰ ਹਰ ਵਾਰੀ ਕਹਿੰਨੇ ਐ ਇੰਨਾ ਪੈਸਾ ਇਕੱਠਾ ਹੋਇਆ ਇੰਨਾ ਪੈਸਾ ਇਕੱਠਾ ਹੋਇਆ ਤੁਹਾਨੂੰ ਕਹਿਣ ਦੀ ਲੋੜ ਨਹੀਂ ਕਈ ਵਾਰੀ ਡਿਜ਼ਾਸਟਰ ਦੇ ਵਿੱਚ ਲੱਖਾਂ ਲੱਖ ਪੌਣ ਇਕੱਠੇ ਹੁੰਦੇ ਆ 50 60 ਹਜ਼ਾਰ ਖਰਚ ਕੇ ਆਪਣਾ ਸਾਡਾ ਕੰਮ ਹੋ ਗਿਆ ਅਸੀਂ ਆ ਗਏ ਥੈਂਕ ਯੂ ਤੁਹਾਡਾ ਪਰ ਅਸੀਂ ਤੁਹਾਨੂੰ ਜਾਣ ਕੇ ਕਹਿੰਨੇ ਆ ਵੀ ਤੁਸੀਂ ਸਾਨੂੰ ਸਾਲ ਬਾਅਦ ਪੁੱਛੋ ਤੁਸੀਂ ਕਿਹਾ ਸੀਗਾ ਭਈ 올ਮੋਸਟ ਡੇਡ ਮਿਲੀਅਨ ਪੌਣ ਇਕੱਠਾ ਹੋਇਆ ਕਿੱਥੇ ਗਿਆ ਤੁਹਾਡਾ ਕੀ ਹੋਇਆ ਸਾਲ ਬਾਅਦ ਪੁੱਛੋ ਇਸ ਵੇਲੇ ਸਾਨੂੰ ਕਹਿੰਦੇ ਤੁਸੀਂ ਕਹਿੰਦੇ ਭਈ ਸਰਕਾਰ ਨਹੀਂ ਕੁਝ ਕਰਦੀ ਸਰਕਾਰਾਂ ਵੀ ਕਰ ਰਹੀਆਂ ਆਪਣੇ ਤੌਰ ਤੇ ਜਥੇਬੰਦੀਆਂ ਵੀ ਕਰ ਰਹੀਆਂ ਪੰਜਾਬ ਦੇ ਲੋਕ ਵੀ ਕਰ ਰਹੇ ਆ ਪਰ ਜੇ ਅਸੀਂ ਇੱਕ ਦੂਜੇ ਨੂੰ ਟੋਕੀਏ ਇਸ ਵੇਲੇ ਉਂਗਲਾਂ ਠਾਈਏ ਜਿਹੜੇ 3 405 ਪਿੰਜੇ ਡੁੱਬ ਗਏ ਸੀ ਨੁਕਸਾਨ ਉਹਨਾਂ ਦਾ ਹੁੰਦਾ ਆਪਣੀ ਕੌਮ ਦਾ ਹੁੰਦਾ ਸਾਲਵਾ ਤੁਸੀਂ ਸਾਰ ਤੋਂ ਸਾਬ ਪੁੱਛ ਸਕਦੇ ਆ ਕਿ ਕੀ ਕੀਤਾ ਸਾਲ ਦੇ ਵਿੱਚ ਸੋ ਸੇਵਾ جاری ਆ ਸਾਡੀ ਟੀਮ ਉਥੇ ਚੜਦੀ ਕਲਾ ਮੋਰੇ ਹੋ ਕੇ ਸੇਵਾ ਕਰ ਰਹੀ ਹੈ ਇੱਕ ਵੱਡਾ ਵੇਰਾਸ ਵੀ ਆ ਸਾਡੇ ਪਹਿਲਾਂ ਵੀ ਪੰਜਾਬ ਬਹੁਤ ਪ੍ਰੋਜੈਕਟ ਚੱਲਦੇ ਆ ਉਮਰਸ 235 ਪਰਿਵਾਰ ਸ਼ਹੀਦ ਪਰਿਵਾਰ ਹਨ ਵੀ ਨੇ ਪੈਨਸ਼ਨ ਚੱਲਦੀ ਪੰਜ ਟਿਊਸ਼ਨ ਸੈਂਟਰ ਇੱਕ ਬਹੁਤ ਵੱਡਾ ਸਕੂਲ ਸੰਗਰੂਰ ਜਿਹੜਾ ਅਸੀਂ ਉਹ ਬੰਦ ਹੋ ਗਿਆ ਸੀ ਖੋਲ ਕੇ ਰਿਫਰਬਿਸ਼ ਕੀਤਾ ਜੰਮੂ ਦੇ ਵਿੱਚ ਗੁਰਨਾਨ ਨ ਕਮਿਸ਼ਨ ਹਸਪੀਟਲ ਰਿਫਰਬਿਸ਼ ਕਰ ਰਹੇ ਆ ਮਾਧਿਆ ਪ੍ਰਦੇਸ਼ ਇੱਕ ਸਿੱਕਲੀ ਘਰ ਦਾ ਪਿੰਡ ਹੀ ਸਾਰਾ ਢਾਕੇ ਪੱਕਾ ਬਣਾਤਾ ਨਾਲ ਪਾਣੀ ਦਾ ਐਜੂਕੇਸ਼ਨਲ ਸਿਸਟਮ 10 ਲੱਖ ਰੁਪਈਆ ਹਰ ਮਹੀਨੇ ਗਰੀਬਾਂ ਦਾ ਇਲਾਜ ਦਾ ਇੱਕ ਸਾਹਿੱਤੇ ਹੁੰਦਾ ਪੰਜਾਬ ਦੇ ਵਿੱਚ ਘੱਟ ਤੋਂ ਘੱਟ ਉਹ ਵੀ ਅਸੀਂ ਇਨਕਰੀਜ਼ ਕਰ ਰਹੇ ਆ ਜਿਹੜਾ ਕੋਈ ਗਰੀਬ ਹੋਵੇ ਕੋਈ ਧਰਮ ਜਿਹੜਾ ਮਰਜੀ ਹੋਵੇ ਸੰਦ ਕੋਈ ਫਿਰ ਕੋਈ ਫਰਕ ਨਹੀਂਗਾ ਸਾਰੀ ਕੋ ਅਗੇ ਇਲਾਜ ਕਰਾ ਸਕਦੇ ਉਹ ਕਿਉਂ ਹੋ ਰਿਹਾ ਤੁਹਾਡੇ ਕਰਕੇ ਮੋ ਜੀਰਾ 1 ਮਿੰਟ ਤੁਹਾਨੂੰ ਕਹਿਣਾ ਚਾਹੁੰਦਾ ਵੀ ਅੱਜ ਸਾਡੀ ਟੀਮ ਇੱਕ ਅਫਰੀਕਾ ਐਸ ਵੇਲੇ ਉਤਰ ਰਹੀ ਆ ਜਿੱਥੇ ਅਸੀਂ ਪਾਣੀ ਦੇ ਨਾਲ ਕਹਿ ਰਹੇ ਆ ਅਫਰੀਕਾ ਦੇ ਵਿੱਚ ਇੱਕ ਬਹੁਤ ਵੱਡਾ ਨਵਾਂ ਇੱਕ ਲੇਡੀਜ਼ ਦਾ ਪ੍ਰੋਜੈਕਟ ਅਸੀਂ ਖੋਲ ਰਹਾ ਆ ਅਫਰੀਕਾ ਦੇ ਵਿੱਚ ਵੀ ਉਹ ਵੀ ਅੱਜ ਸ਼ਾਮ ਨੂੰ ਅਸੀਂ ਸੋਸ਼ਲ ਮੀਡੀਆ ਤੇ ਪਾ ਦੇਣਾ ਜ਼ੈਂਬੀਆ ਮਲਾਵੀ ਕੈਨਿਆ ਇਹਦੇ ਵਿੱਚ ਪਾਣੀ ਦੇ ਸੇਵਾ ਚੱਲ ਰਹੀ ਆ ਇਹ ਇੱਧਰ ਇਰਾਕ ਲੇਬਨਨ ਟਰਕੀ ਰੈਫਿਊਜੀਜ਼ ਦੀ ਸੇਵਾ ਚੱਲ ਰਹੀ ਆ ਸਾਡਾ ਮੁੰਡਾ ਭਰਪੂਰ ਸਿੰਘ ਬੈਡ ਫੋਰ ਦਾ ਇਰਾਕ ਦੇ ਵਿੱਚ ਆ ਤੇ ਅੱਜ ਵੀ ਤੁਸੀਂ 550 ਦੀ ਗੱਲ ਕਰਦੇ ਆਂ ਇਸ ਵੇਲੇ ਗੁਰੂ ਨਾਨਕ ਸਾਹਿਬ ਇਰਾਕ ਗਏ ਜਦੋਂ ਅਸੀਂ 2014 ਪਹੁੰਚੇ ਇਰਾਕ ਦੇ ਵਿੱਚ ਉਹ ਸਾਨੂੰ ਪੁੱਛਿਆ ਤੁਸੀਂ ਕੌਣ ਆ ਅਸੀਂ ਉਹ ਜਵਾਬ ਦਿੱਤਾ ਭਈ ਅਸੀਂ ਉਹੀ ਆ ਜੋ 500 ਸਾਲ ਪਹਿਲਾਂ ਇੱਥੇ ਆਏ ਸੀਗੇ ਉਹਦਾ ਸਨੇਹਾ ਲੈ ਕੇ ਆਏ ਆ ਸੋ ਕਈ ਵਾਰੀ ਅਸੀਂ ਇਹ ਦੇਖਦੇ ਆਂ ਭਈ ਬੈਗਦਾਦ ਗੁਰਦੁਆਰਾ ਬਣਾ ਚਾਹੀਦਾ ਬਿਲਕੁਲ ਜਿੱਥੇ ਕਿਉਂ ਨਹੀਂ ਬਣਾ ਚਾਹੀਦਾ ਜਿੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਵੀ ਗਏ ਸੀਗੇ ਪਾਯੋ ਤੁਸੀਂ ਗੁਰਦਾਰੇ ਰਸਤੇ ਜਾਂਦੇ ਰਸਤੇ ਰੈਫਿਊਜੀ ਕੈਂਪ ਆਉਂਦੀਆਂ ਅਸੀਂ ਅੱਖਾਂ ਮੀਟ ਕੇ ਜਾਂਦੇ ਗੁਰੂ ਨਾਨਕ ਦੇਵ ਜੀ ਅੱਖਾਂ ਮੀਟ ਕੇ ਜਾਓਗੇ ਪੇ ਦਿਸਦੀਆਂ ਨਹੀਂ ਗੀਆਂ ਰੈਫਿਊਜੀ ਨਹੀਂ ਦੱਸਦੇ ਮੈਨੂੰ ਅੱਜ ਰੈਫਿਊਜੀ ਇੱਥੇ ਆ ਗਏ ਤੇ ਆ ਕੇ ਲੰਗਰ ਛਕਣ ਲੱਗੇ ਤੇ ਰੈਫਿਊਜੀ ਧੱਕਾ ਕੱਢ ਦੋਗੇ ਬਾਹਰ ਗੁਰੂ ਨਾਨਕ ਜੀ ਕੱਢ ਦੋਗੇ ਬਾਹਰ ਅਸੀਂ ਵੀ ਕਰ ਗਏ ਨਸਲਵਾਦੀ ਬਣ ਜਾਂਦੇ ਆ ਕਿਸ ਦਾ ਧਰਮ ਦੇਖਦੇ ਨਹੀਂ ਦੇਖਦੇ ਬੰਦਾ ਕੋਈ ਕਿੰਨੀ ਬੇਫਤਾ ਚ ਆਇਆ ਅਸੀਂ ਬੇਫਤਾ ਆਏ ਸੀਗੇ 47 ਤੇ 84 ਦੇ ਕੋਈ ਚੰਗੇ ਬੰਦੇ ਸਾਡਾ ਵੀ ਹੱਥ ਫੜਿਆ ਸੀਗਾ ਸਰਕਾਰਾਂ ਦਾ ਗੱਲ ਹੋ ਸਰਕਾਰਾਂ ਦੀ ਗੱਲ ਹੋਰ ਹੁੰਦੀ ਆ ਇਹ ਯਾਦ ਰੱਖਿਓ ਭਈ ਗੁਰਨਾਨਦ ਦੇਵ ਜੀ ਦਾ ਮਿਸ਼ਨ ਕੀ ਸੀਗਾ ਉੱਥੇ ਇੰਨੀ ਸੇਵਾ ਚੱਲ ਰਹੀ ਆ ਰਾਖ ਦੇ ਜਿੱਥੇ ਤੁਸਾਂ ਨੂੰ ਪਤਾ ਡਰਦੇ ਸੀ ਦੇਖ ਕੇ ਪੱਗਾਂ ਦਾੜੀਆਂ ਦੇ ਕਿਉਂਕਿ ਆਈਸੀਐਸ ਨੇ ਕਹਿਰ ਕੀਤਾ ਉਹਨਾਂ ਅਜ਼ੀਦੀ ਲੋਕਾਂ ਉੱਪਰ ਅਜ਼ੀਦੀ ਲੋਕ 7000 ਸਾਲ ਪੁਰਾਣਾ ਧਰਮ ਹੈ ਉਹ ਅੱਜ ਪੱਗਾਂ ਦੇਖ ਕੇ ਦਾੜੀ ਦੇਖ ਕੇ ਖੁਸ਼ ਹੋ ਕੇ ਤੁਹਾਨੂੰ ਮੋਰੇ ਮੋਰੇ ਹੁੰਦੇ ਜਫੀਆਂ ਪਾਉਂਦੇ ਤੁਹਾਡਾ ਧੰਨਵਾਦ ਕਿੰਨੀ ਚੇਂਜਸ ਹੋਈਆਂ ਤੁਸੀਂ ਜਾਓ ਸਾਡੇ ਗੁਰਦਾਰ ਸਾਹਿਬ ਖੁੱਲਾ ਸੱਦਾ ਆ ਤੁਸੀਂ ਜਾਓ ਸਾਡੇ ਕੋਲ ਆਓ ਸਾਡੇ ਨਾਲ ਜਾ ਕੇ ਦੇਖੋ ਦੋ ਦਿਨ ਲਈ ਆ ਜਾਓ ਆਕੇ ਰਿਪੋਰਟ ਦੇਫਾ ਉਥੇ ਵੀ ਕੀ ਉਥੇ ਤੁਸੀਂ ਸੰਗਨੇ ਕੀ ਕੀਤਾ ਸੀ ਨਹੀਂ ਸੰਗਨੇ ਕੀਤਾ ਗੁਰੂ ਸਾਹਿਬ ਦਾ ਮੈਸੇਜ ਕੀ ਉਥੇ ਜਾ ਰਿਹਾ ਜਿੱਥੇ ਪਾਣੀ ਵੀ ਮਿਲਦਾ ਸੀ ਇੰਨੀ ਗਰਮੀ ਆ ਜਿੱਥੇ ਉਥੇ ਬੀਬੀਆਂ ਕਲੀਆਂ ਰਹਿ ਗਈਆਂ ਬੱਚਿਆਂ ਦੇ ਨਾਲ ਜਿਉਂ ਉਹਦੇ ਸਾਰੇ ਆਦਮੀ ਮਾਰ ਦਿੱਤੇ ਆਸ਼ਿਸ ਨੇ ਉਹ ਇੱਕ ਨਿੱਕੇ ਨਿੱਕੇ ਥਾਂ ਬਣੇ ਹੋ ਜਿੱਥੇ ਖਾਲਸਾ ਸੇਵਾ ਕਰੀ ਖਾਣ ਪੀਣ ਦਾ ਸੋ ਸਾਰਾ ਤੁਹਾਡੇ ਘਰ ਤੇ ਚੱਲ ਰਿਹਾ ਤੁਹਾਡੇ ਕਰਕੇ ਇਹ ਨਹੀਂ ਭਾਈ ਰਵੀ ਸਿੰਘ ਅਸੀਂ ਕਦੀ ਮੋਰੀ ਬਣਨਾ ਹੀ ਚਾਹੁੰਦੇ ਸੀਗੇ ਨਾ ਕੋਈ ਪ੍ਰਸਿੱਧ ਬਣਨਾ ਚਾਹੁੰਦੇ ਸੀਗੇ ਪਰ ਸਾਡੀ ਕਮਿਊਨਿਟੀ ਵਿੱਚ ਸਮਾਂ ਇਦਾਂ ਦਾ ਆਇਆ ਆ ਅਸੀਂ ਕੋਈ ਲੱਭਦੇ ਕੋਈ ਸਾਡਾ ਲੀਡਰ ਹੋਵੇ ਕੋਈ ਮੋਹਰੇ ਸੀ ਨਾ ਕੋਈ ਲੀਡਰ ਆ ਨਾ ਅਸੀਂ ਆਪਣੇ ਉਹਨਾਂ ਨੂੰ ਚੰਗਾ ਸਮਝਦੇ ਆ ਮੈਂ ਘੜੀ ਘੜੀ ਹੋਏ ਕਹਿੰਦਾ ਬੰਦੇ ਨੂੰ ਚੱਕੋ ਜਿਹੜਾ ਮੈਸੇਜ ਆ ਤੁਸੀਂ ਉਹ ਫੋਲੋ ਕਰੋ ਖਾਲਸਾ ਈ ਦਾ ਮੈਸੇਜ ਫੋਲੋ ਕਰੋ ਅਸੀਂ ਤਾਂ ਦੁਨੀਆ ਚ ਆਉਂਦੇ ਜਾਣ ਰਹਿਣਾ ਅਸੀਂ ਤਾਂ ਪਾਪੀ ਆ ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਗੁਰਦਾਰ ਸਾਹਿਬ ਧੰਨਵਾਦ ਕਰਦੇ ਆ ਸੰਗਤ ਧੰਨਵਾਦ ਹਰ ਹਰ ਵਾਰ ਤੁਸੀਂ ਸਾਡੀ ਮਦਦ ਕੀਤੀ ਆ ਬਹੁਤ ਕੁਝ ਐਸ ਵੇਲੇ ਕੰਨ ਦੀ ਲੋੜ ਹੈ ਦੁਨੀਆ ਵਿੱਚ ਦੁਨੀਆ ਵਿੱਚ ਬਹੁਤ ਦੇਖੋ ਕਿੰਨੀ ਹਨੇਰੀ ਆਈ ਉਹ ਅਨਸਲਵਾਦੀ ਥਾਂ ਥਾਂ ਗਵਰਨਮੈਂਟ ਆ ਰਹੀਆਂ ਸਿੱਖਾਂ ਦਾ ਤੇ ਖਾਲਸੇ ਦਾ ਮਤਲਬ ਸਪੈਸ਼ਲੀ ਖਾਲਸੇ ਦਾ ਕੀ ਮਤਲਬ ਹੈ ਇਸ ਵੇਲੇ ਰੋਲ ਕੀ ਦੁਨੀਆ ਦੇ ਵਿੱਚ ਇਹ ਉਹ ਤੁਸੀਂ ਜੋ ਦੇਖਤੇ ਫਤਿਹ ਅਸੀਂ ਰੋਜ ਕਹਿੰਦੇ ਸਰਬਾਤਾ ਪਲਾ ਕਹਿੰਨੇ ਇਹਦਾ ਮਤਲਬ ਸਮਝੋ ਤੁਸੀਂ ਕਿ ਸਾਨੂੰ ਆਪੇ ਹੀ ਦੁਨੀਆ ਵਿੱਚ ਦਿਲਾਂ ਦੇ ਲੋਕਾਂ ਦੇ ਦਿਨਾਂ ਦਾ ਰਾਜ ਆ ਜਾਣਾ ਸਿੱਖਾਂ ਦਾ ਰਾਜ ਕਰੇਗਾ ਖਾਲਸਾ ਹੀ ਰੋਜ ਕਹਿੰਨੇ ਆ ਉਹਦੇ ਵਿੱਚ ਦਿਲਾਂ ਚ ਤੁਹਾਡਾ ਜਿੱਥੇ ਵੀ ਸਾਡੀਆਂ ਕੈਂਪਾਂ ਲੱਗੀਆਂ ਰਫੂਜੀ ਨੇ ਉੱਥੇ ਰਾਜ ਹੋ ਰਿਹਾ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਏ ਸੰ ਸਰਦਾਰ ਰਵੀ ਸਿੰਘ ਜੀ ਖਾਲਸਾ ਈਡ ਵਾਲੇ ਜਿਨ੍ਹਾਂ ਨੇ ਬੜੇ ਹੀ ਵਿਸਥਾਰ ਨਾਲ ਆਪਣੇ ਜੋ ਪ੍ਰੋਜੈਕਟ ਚੱਲ ਰਹੇ ਹਨ ਉਹਨਾਂ ਬਾਰੇ ਬੇਰਵਾ ਦਿੱਤਾ ਹੈ ਸੋ ਰਵੀ ਸਿੰਘ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਹੁਣ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਰਦਾਰ ਰਵੀ ਸਿੰਘ ਉਹਨਾਂ ਨੂੰ ਸਿਰਫ ਆਉ ਦੀ ਬਖਸ਼ਿਸ਼ ਕਰਨ ਸੋ ਸਾਧ ਸੰਗ ਜੀ ਅਤੇ ਨਾਲ ਦੀ ਨਾਲ ਹੀ ਗੁਰਦੁਆਰਾ ਸਾਹਿਬ ਵੱਲੋਂ ਅਤੇ ਸੰਗਤਾਂ ਵੱਲੋਂ 11525 ਰੁਪਏ ਦਾ 25 ਪੌਂਡ ਦਾ ਜੋ ਚੈੱਕ ਹੈ ਉਹ ਵੀ ਖਾਲਸਾ ਈਡ ਨੂੰ ਦਿੱਤਾ ਜਾ ਰਿਹਾ ਹੈ ਸੋ ਆਪ ਸਮੂਹ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੀ ਹਰ ਵਾਰ ਮਾਇਆ ਰਹੀਮ ਮਦਦ ਕੀਤੀ ਹੈ ਤੇ ਅੱਗੇ ਤੋਂ ਵੀ ਬੇਨਤੀ ਹੈ ਕਿ ਇਸੇ ਤਰ੍ਹਾਂ ਖਾਲਸਾ ਈਟ ਦੇ ਨਾਲ ਮੁੰਡੇ ਨਾਲ ਮੋਢਾ ਲਾ ਕੇ ਚੱਲਣਾ ਹੈ ਸਤਿ ਸ੍ਰੀ ਅਕਾਲ ਸੋ ਸਾਧ ਸੰਗਤ ਜੀਓ ਇੱਕ ਵਾਰ ਫੇਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ